सतगुरु राम सिंह जी वालों देश की आज़ादी लिए लड़े विश्व इतिहास में लासानी कुरबानी की मिसाल पैदा करने वाले 66 कुका सिख शहीद जिन्हों अंग्रेज हुकूमत ने आज़ादी संग्राम विच हिस्सा लैन के दोष अधीन 1872 ईस्वी को मलेरकोटला विखे तोपां नाल उड़ा दिता सी। इस साके नाल संबंधित कुल 80 सिंह शहीद होए। उन्हां दी याद विच श्री सतगुरु उदय सिंह जी दी छत्र छाया हेठ विशाल शहीद समागम नामदारी शहीद स्मारक मलेरकोटला विखे करवाया गया। इस मौके ते कई कैबिनेट मंत्रियों ने शिरकत की। इस मूवमेंट क्रश कर दो एकदम, उन्होंने तोपा अगे उड़ाए ने। शाह नाम 17 जनवरी 1872 नूं होण गया सी, बाकी जिहड़े आ उह 18 जनवरी जी। पंजाब सरकार वल्लों जी किड्डा क वड्डा समागम, पंजाब सरकार वल्लों हर साल जिद्दां बहुत स्टेट लैवल का फंक्शन हुंदा, सारा पंजाब गवर्नमेंट वल्लों हुंदा, ऐतकी भी उस तरह ही हो रहा है। तो वो उन्हां दी इह याद दे विच ही आ जिहड़ा समारक बनिया हैगा, उन्हां शहीदां दा खंडा हैगा वी 66 होल ने हॉल है, जिन्ना भी हैगा ये उन्हां दी याद च इत्थे हर साल समागम हुंदा और सारा ये समारक उन्हां दी याद च बनिया है। डिफेंस मिलिट्री का एरिया करके जाने जाता है,
ਇੱਥੇ ਭਾਰਤ ਸਰਕਾਰ ਦੀ ਫੌਜ ਨੇ ਆਪਣੀਆਂ ਬੈਰਕਾਂ ਬਣਾਉਣੀਆਂ ਆਰੰਭ ਕਰ ਦਿੱਤੀਆਂ। ਇੱਕ ਸਿੱਖ ਨੇ ਸਤਿਗੁਰੂ ਜਗਜੀਤ ਸਿੰਘ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਇਹ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਨਾਮਧਾਰੀ ਇਤਿਹਾਸ ਦੀ ਉਹ ਪਾਵਨ ਪਵਿੱਤਰ ਧਰਤੀ ਹੈ ਤੇ ਇੱਥੇ ਤੇ ਫੌਜ ਨੇ ਛਾਉਣੀ ਬਣਾ ਲੈਣੀ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਸਹਿਜ ਸੁਭਾਅ ਆਪਣੀ ਰਸਨਾ ਤੋਂ ਆਚਾਰਿਆ ਤੁਸੀਂ ਛਾਉਣੀ ਦੀ ਗੱਲ ਕਰਦੇ ਹੋ, ਇੱਥੇ ਇੱਕ ਦਰਖਤ ਵੀ ਲਾਣਗੇ ਉਹ ਵੀ ਹਰਾ ਨਹੀਂ ਹੋਏਗਾ। ਖੁਸ਼ੀ ਦੇ ਸ਼ਬਦ ਪੜ੍ਹਦੇ ਨੇ ਤੇ ਆਖਦੇ ਨੇ ਸਾਡੇ ਧੰਨ ਭਾਗ ਨੇ ਜਿੱਥੇ ਸਾਡੇ ਗੁਰੂ ਤੇਗ ਬਹਾਦਰ ਸ਼ਹੀਦ ਹੋਏ ਨੇ ਅਸੀਂ ਉੱਥੇ ਸ਼ਹੀਦ ਹੋਣਾ ਹੈ। ਤੇ ਗਿਆਨੀ ਗਿਆਨ ਸਿੰਘ ਲਿਖਦੇ ਨੇ ਇਸੇ ਤਰ੍ਹਾਂ ਜਦੋਂ ਇਹਨਾਂ ਸਿੰਘਾਂ ਨੂੰ ਗੱਡਿਆਂ ਤੇ ਲਿਆਂਦਾ ਜਾ ਰਿਹਾ ਹੈ, ਇਹਨਾਂ 'ਚੋਂ ਬਹੁਤ ਸਾਰੇ ਜ਼ਖਮੀ ਸਨ, ਇਹ ਸਿੰਘ ਸ਼ਬਦ ਪੜ੍ਹਦੇ ਆ ਰਹੇ ਨੇ, ਕਹਿੰਦੇ ਨੇ ਹੁਣ ਅਸੀਂ ਗੁਰੂ ਤੇਗ ਬਹਾਦਰ ਦੀ ਗੋਦ ਵਿੱਚ ਜਾਵਾਂਗੇ। ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਵਾਸਤੇ ਅੱਜ ਦੇ ਸ਼ਹੀਦੀ ਸਮਾਗਮ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪੂਰਨਿਕ ਮਾਤਾ ਚੰਦ ਕੌਰ ਜੀ ਉਹਨਾਂ ਦੀ ਸਰਪ੍ਰਸਤੀ ਹੇਠ ਸਤਿਗੁਰੂ ਉਦੇ ਸਿੰਘ ਜੀ ਦੀ ਵੀ ਅਗਵਾਈ ਹੇਠ ਅੱਜ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਹਾਜ਼ਰ ਹੋਏ ਹਾਂ। ਹਿੰਦੁਸਤਾਨ ਦੀ ਪਵਿੱਤਰ ਧਰਤੀ, ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, ਸੰਤਾਂ ਭਗਤਾਂ ਯੋਧਿਆਂ ਬਹਾਦਰਾਂ ਸੂਰਬੀਰਾਂ ਦੀ ਧਰਤੀ ਹੈ। ਮਹਾਨ ਸ਼ਹੀਦੀ ਸਮਾਗਮ ਦੇ ਵਿੱਚ ਇਕੱਤਰ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਮਾਤਾ ਚੰਦ ਕੌਰ ਜੀ, ਬਹੁਤ ਹੀ ਸਤਿਕਾਰਯੋਗ ਸਤਿਗੁਰੂ ਉਦੇ ਸਿੰਘ ਜੀ, ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹੋਏ ਮੇਰੇ ਸਤਿਕਾਰਯੋਗ ਬਜ਼ੁਰਗੋ, ਨੌਜਵਾਨੋ, ਮੇਰੀ ਭੈਣੋ ਤੇ ਬਿਤਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਦੁਨੀਆਂ ਦੇ ਅੰਦਰ, ਦੁਨੀਆਂ ਦੇ ਇਤਿਹਾਸ ਵਿੱਚ ਬਹੁਤ ਹੀ ਜ਼ਿਆਦਾ ਮਹਾਨ ਦਿਵਸ ਹੈ। ਜੇ ਅਸੀਂ ਦੁਨੀਆਂ ਦੇ ਇਤਿਹਾਸ ਨੂੰ ਫਰੋਲੀਏ, ਮੈਂ ਸਮਝਦਾ ਜੋ ਲਿਸਾਨ ਕੁਰਬਾਨੀ ਸਤਿਗੁਰੂ ਰਾਮ ਸਿੰਘ ਜੀ ਨੇ ਦਿੱਤੀ, ਸਾਡਾ ਉਹਨਾਂ ਦੇ ਚਰਨਾਂ ਦੇ ਵਿੱਚ ਸਿਰ ਝੁਕਦਾ। ਅੱਜ ਆਪਾਂ ਮਾਤਾ ਚੰਦ ਕੌਰ ਜੀ ਦੀ ਅਸ਼ੀਰਵਾਦ ਸਦਕਾ ਸਤਿਗੁਰੂ ਉਦੇ ਸਿੰਘ ਜੀ ਮਹਾਰਾਜ ਦੇ ਅਗਵਾਈ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ, ਜਿਨ੍ਹਾਂ ਕਰਕੇ ਅੱਜ ਆਪਾਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਮਹਾਨ ਫੂਕਿਆਂ ਦੀ ਇਹ ਸ਼ਹਾਦਤ ਦੁਨੀਆਂ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਦੀ, ਔਰ ਉਹ ਫੂਕੇ ਸ਼ਹਿਦ ਇਹਨਾਂ ਸ਼ਹਾਦਤਾਂ ਕਰਕੇ ਅੱਜ ਇਸ ਰੱਕੜ ਦੇ ਵਿੱਚ, ਇਹਨੂੰ ਰੱਕੜ ਕਿਹਾ ਜਾਂਦਾ ਸੀ, ਲੇਕਿਨ ਨਾਂ ਪੈ ਜਾਂਦੇ ਨੇ ਜਗ੍ਹਾ ਦੇ ਉਸੇ ਤਰ੍ਹਾਂ ਦੇ, ਲੇਕਿਨ ਅੱਜ ਇੱਥੇ ਰੌਣਕਾਂ ਲੱਗੀਆਂ ਹੋਈਆਂ ਨੇ। ਪਹਿਲਾਂ ਵਾਲੀਆਂ ਗੱਲਾਂ ਇੱਥੇ ਨਹੀਂ ਹਨ, ਅੱਜ ਉਹਨਾਂ ਦੀ ਸ਼ਹਾਦਤ ਕਰਕੇ ਹੀ ਪੂਰੀ ਦੁਨੀਆਂ ਵਿੱਚ ਅੱਜ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਸ਼ਹੀਦੋ ਕੀ ਚਿਤਾਓਂ ਪੇ ਲਗੇਗੇ ਹਰ ਵਰਸ ਮੇਲੇ, ਸ਼ਹੀਦੋ ਕੀ ਚਿਤਾਓਂ ਪੇ ਲਗੇਗੇ ਹਰ ਵਰਸ ਮੇਲੇ, ਵਤਨ ਪੇ ਪਿੰਡੇ ਵਾਲੋ ਕਾ ਵਾਕੀ ਯਹੀ ਨਿਸ਼ਾਨ ਹੋਗਾ।
अज मलेरकोटला की इस पवित्र धरती से पंजाब के कोने कोने तो कोका मेमोरियल के याद बाहरले मुल्कों तो भी इतने पहुंचे हैं। हर साल ही यह याद मनाई जाती है। सरदार फरकाश सिंह बादल मुख्यमंत्री पंजाब हर साल इतने हाजिर देते हैं। श्री सतगुरु उदय सिंह जी बहुत ही सत्कारयोग पूजनी माता चंद कौर जी अज दे बहुत ही पवाक ते पवित्र दिहाड़े नूं मनाउण लई शहीदां नूं श्रद्धा दे फुल भेट करन लई पहुंची समुची गुरु प्यारी गुरु रूप साध संगत जी बुलाओ फतेह। वाहिगुरू जी का खालसा वाहिगुरू जी की फतेह। अज दे इस दिहाड़े की बहुत वड्डी इतिहासिक महानता है क्योंकि असल मानिया दे विच देश की आजादी की लड़ाई इस स्थान तो शुरू हुई। जो महात्मा गांधी जी ने इस देश नूं नॉन कोऑपरेशन का एक सदा दिता सी उहदा भी मुढ़ इस स्थान तो बनया गया सी। क्योंकि मैं महसूस करदा कि जो सिद्धांत इस देश की लड़ाई आजादी की लड़ाई में प्रमुख रखे गए नॉन वायलेंस नॉन कोऑपरेशन जो महात्मा गांधी जी ने दिते उहदे असल बानी सतगुरु राम सिंह जी सीगे। गुरु जगजीत सिंह की कृपा ना अज राज पद्धरी समागम जिहड़ा पंजाब सरकार वालों किया हर साल तक किया जाता इस साल भी होया। इस फंक्शन के परमिंदर सिंह ढींसा जी शरणजीत सिंह ढिल्लों मुख्यमंत्री वालों इतने उन्होंने दर्शन दिते ने। सतगुरु उदय सिंह जी माता चंद कौर जी संत जगतार सिंह जी उन्होंने भी इतने दर्शन दिते। मैं उन्होंने सारे का धन्यवाद करता और सारी संगत का धन्यवाद करता।